ਅੱਜ ਇੱਕ ਖਬਰ ਬਹੁਤ ਚਰਚਾ ਦੇ ਵਿੱਚ ਆ ਕਿ ਬੈਂਕ ਆਫ ਕੈਨੇਡਾ ਨੇ ਇੰਟਰਸਟ ਰੇਟ ਵਧਾ ਦਿੱਤੇ ਆ। ਪਿਛਲੇ ਲੰਬੇ ਸਮੇਂ ਤੋਂ ਗੱਲਬਾਤ ਚੱਲਦੀ ਸੀ ਵੀ ਇੰਟਰਸਟ ਰੇਟ ਵਧ ਜਾਣੇ ਆ। ਪਿਛਲੀ ਵਾਰੀ ਕਿਹਾ ਜਾਂਦਾ ਸੀ ਕਿ ਵਧ ਜਾਣੇ ਪਰ ਵਧੇ ਨਹੀਂ ਸੀ। ਹੁਣੇ ਵਧਾ ਦਿੱਤੇ ਆ। ਇਹਦਾ ਲੋਕਾਂ ਦੇ ਉੱਤੇ ਕੀ ਅਸਰ ਪਊਗਾ? ਮੌਰਗੇਜ ਤੇ ਕੀ ਅਸਰ ਪਊਗਾ? ਕਿਹਨਾਂ ਲੋਕਾਂ ਤੇ ਅਸਰ ਪਊਗਾ? ਘਰਾਂ ਦੀਆਂ ਕੀਮਤਾਂ ਨੂੰ ਇਹਦੇ ਨਾਲ ਕੋਈ ਫਰਕ ਪਊਗਾ ਜਾਂ ਨਹੀਂ ਪਊਗਾ? ਇਹ ਸਾਰੇ ਪੱਖ ਜਾਣਨ ਦੇ ਲਈ ਅਸੀਂ ਐਸਪਰੇ ਆਏ ਆ ਖਾਲਸਾ ਕ੍ਰੈਡਿਟ ਯੂਨੀਅਨ ਕੁਲਦੀਪ ਸਿੰਘ ਸਿੱਧੂ ਹੁਣ ਦੇ ਨਾਲ। ਸਿੱਧੂ ਸਾਹਿਬ ਇਹ ਪਹਿਲਾਂ ਤਾਂ ਦੱਸਿਓ ਜਿਹੜੀ ਕਾਫੀ ਚਰਤੋਂ ਜਿਹੜਾ ਚਰਚਾ ਚੱਲਦੀ ਸੀ ਕਿ ਬੈਂਕ ਆਫ ਕੈਨੇਡਾ ਬੈਂਕ ਆਫ ਕੈਨੇਡਾ ਨੇ ਆਪਣਾ ਜਿਹੜਾ ਪ੍ਰਾਈਮ ਰੇਟ ਹੁੰਦਾ ਹੈ ਨਾ ਬੈਂਕ ਰੇਟ ਇਹਨੂੰ ਕਹਿੰਦੇ ਨੇ ਉਹ 0.25 ਪਰਸੈਂਟ ਪਧਾਤਾ ਉਹ ਪਹਿਲਾਂ 0.25 ਹੁੰਦਾ ਸੀ ਸੋ ਉਹ ਹੁਣ ਅੱਧਾ ਪਰਸੈਂਟ ਹੋ ਗਿਆ ਉਹਦੇ ਨਾਲ ਹੁੰਦਾ ਕੀ ਆ ਉਹ ਜਿਵੇਂ ਬੈਂਕਸ ਜਿੰਨੀਆਂ ਵੀ ਚਾਟਰਡ ਬੈਂਕਸ ਨੇ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਨੇ ਉਹ ਬੈਂਕ ਆਫ ਕੈਨੇਡਾ ਤੋਂ ਕਰਜ਼ ਲੈਂਦੀਆਂ ਨੇ ਵੈਨੈਵਰ ਦੇ ਨੀਡ ਸੋ ਉਹ ਪਹਿਲਾਂ 0.25 ਤੇ ਸੀ ਉਹ ਵਧ ਕੇ ਹੁਣ 0.50 ਹੋ ਗਿਆ ਤੇ ਇਹ ਇਦਰੋਂ فرق ਕੀ ਪਊਗਾ ਵੱਡਾ ਫਰਕ ਨਵੀਆਂ ਮੌਰਗੇਜ ਵਾਲਿਆਂ ਨੂੰ ਪਊਗਾ ਜਿਨ੍ਹਾਂ ਨੇ ਪਹਿਲਾਂ ਲਈਆਂ ਉਹਨਾਂ ਨੂੰ ਪਊਗਾ ਜੀ ਦੇਖੋ ਇਹਦੇ ਵਿੱਚ ਇੱਕ ਹੈ ਜਿੰਨੀਆਂ ਵੀ ਮੌਰਗੇਜ ਜਿਹੜੀਆਂ ਵੇਰੀਏਬਲ ਤੇ ਨੇ ਜਿਹੜੀਆਂ ਪ੍ਰਾਈਮ ਦੇ ਨਾਲ ਲਿੰਕ ਨੇ ਉਹਨਾਂ ਤੇ ਫਰਕ ਪੈਣਾ ਜੀ ਉਹ ਮਹਿੰਗੀਆਂ ਹੋ ਗਈਆਂ ਕਹਿਣ ਤੋਂ ਭਾਵ ਜਿਨ੍ਹਾਂ ਦੇ ਲਾਈਨ ਆਫ ਕ੍ਰੈਡਿਟਸ ਨੇ ਕਰਦੇ ਗਏ ਸੀ ਜਿਹਨੂੰ ਅਪਹੀ ਲੋਕ ਕਹਿੰਦੇ ਨੇ ਉਹ ਪ੍ਰਾਈਮ ਦੇ ਨਾਲ ਲਿੰਕ ਹੁੰਦੀਆਂ ਨੇ ਕਿ ਪ੍ਰਾਈਮ ਪਲੱਸ ਹਾਫ ਜਾਂ ਪ੍ਰਾਈਮ ਪਲੱਸ 1 ਵਾਟਐਵਰ ਜੋ ਵੀ ਬੈਂਕਸ ਦੇ ਨਾਲ ਉਹਨਾਂ ਦੀ ਡੀਲਿੰਗ ਆ ਉਹ ਹੁਣ ਪਹਿਲਾਂ ਪ੍ਰਾਈਮ ਸੀ ਜਿਹੜਾ 2.45 ਸੀ ਸਪੋਜ਼ ਇੱਕ ਆਪਾਂ ਇੱਕ ਰਫਲੀ ਐਗਜ਼ਾਮਪਲ ਲੈ ਲੈਂਦੇ ਆ ਕਿਸੇ ਦੀ ਪ੍ਰਾਈਮ ਪਲੱਸ ਹਾਫ ਤੇ ਸੀ ਮਾਰਗੇਜ ਲਾਈਨ ਆਫ ਕ੍ਰੈਡਿਟ ਹੈਨਾ ਕਰ ਦੇ ਅਗੇਂਸਟ ਸੋ ਉਹ ਹੁਣ ਵੱਧ ਕੇ ਪਹਿਲਾਂ ਪ੍ਰਾਈਮ ਸੀਗਾ 2.45 ਪਲੱਸ ਹਾਫ ਸੋ 2.95 ਤੇ ਸੀ ਮਾਰਗੇਜ ਹੁਣ ਉਹ 0.25 ਕੁਆਟਰ ਪਰਸੈਂਟ ਮਹਿੰਗਾ ਹੋ ਗਿਆ ਉਹਦੇ ਤੇ ਵਿਆਜ ਜ਼ਿਆਦਾ ਲੱਗੂਗਾ ਠੀਕ ਹੈ ਜੀ ਵੀ ਅੰਦਾਜ਼ਾ ਲਾਇਆ ਜਾ ਸਕਦਾ ਵੀ ਜੇ ਕਿਸੇ ਕੋਲ ਲੱਖ ਡਾਲਰ ਦੀ ਲਾਈਨ ਆਫ ਕ੍ਰੈਡਿਟ ਆ ਉਹਨੂੰ ਅੰਦਾਜ਼ਨ ਕਿੰਨਾ ਕੁ ਫਰਕ ਪਿਆ ਹੋਊਗਾ ਜੇ ਆਪਾਂ ਇਹਨੂੰ ਇਸ ਤਰੀਕੇ ਦੇ ਨਾਲ ਕੈਲਕੂਲੇਟ ਕਰਕੇ ਦੇਖਦੇ ਆ ਜਾਂ ਤਾਂ ਇੱਕ ਤਾਂ ਜਿਹੜੇ ਜਿਹੜੇ ਵੇਰੀਏਬਲ ਹੈਗੇ ਮਾਰਗੇਜਸ ਉਹ ਜੇ ਘਟ-ਘਟ ਲਾਈਨ ਆਫ ਕ੍ਰੈਡਿਟ ਜੇ ਕਿਸੇ ਦੀ ਲੱਖ ਡਾਲਰ ਦੀ ਆ ਤਾਂ ਹੁਣ ਅੱਜ ਜਿਹੜੀ ਅਨਾਊਂਸਮੈਂਟ ਹੋਈ ਇਹਦੇ ਨਾਲ ਉਹਨੂੰ ਕਿੰਨਾ ਕੁ ਫਰਕ ਪਊਗਾ ਜੀ ਦੇਖੋ ਜੇ ਲੱਖ ਡਾਲਰ ਦੀ ਲਾਈਨ ਆਫ ਕ੍ਰੈਡਿਟ ਆ ਤਾਂ ਜਿੱਥੇ ਉਹਨੂੰ ਪਹਿਲਾਂ ਜੋ ਇੰਟਰਸਟ ਉਹਦਾ ਵਿਆਜ ਜਾਂਦਾ ਸੀਗਾ ਬੀ ਤੋਂ 25 ਕ ਡਾਲਰ ਹੋਰ ਸਮਝ ਲਓ ਤੁਸੀਂ ਮਹੀਨੇ ਦੇ ਵੱਧ ਦੇਣੇ ਪੈਣੇ ਬੈਂਕ ਨੂੰ ਵਿਆਜ ਨੂੰ ਜੇ ਲੱਖ ਡਾਲਰ ਦੀ ਹੈ ਤੇ ਇਹ ਹੁਣ ਕਹਿੰਦੇ ਅੱਗੇ ਹੋਰ ਵਾਧ ਜਣੇ ਹਜੇ ਕਿੰਨੇ ਕੁ ਚਿਰ ਬਾਅਦ ਵਾਧੇ ਹੁੰਦੇ ਤੇ ਕਿੰਨੇ ਕੁ ਬਾਅਦ ਜਣੇ ਹਜੇ ਜੀ ਹੋਰ ਵਿਆਜ ਜਿਹੜਾ ਦੇਖੋ ਇਹ ਤੇ ਡਿਪੈਂਡ ਕਰਦਾ ਇਕਨੋਮੀ ਤੇ ਠੀਕ ਹੈ ਜੀ ਹੁਣ ਜਿਵੇਂ ਕਿਉਂ ਵਧਾਇਆ ਰੇਟ ਹਨਾ ਪਹਿਲਾਂ ਤਾਂ ਕਿਉਂਕਿ ਕਈ ਜਨੇਵੀ ਅਰਥਸ਼ਾਸਤਰੀ ਸੀਗੇ ਜਿਹਨੇ ਵੱਡੇ ਬਣੀ ਬੈਂਕਸ ਦੇ ਹਨਾ ਉਹ ਇਹ ਸੋਚ ਰਹੇ ਸੀ ਕਿ 1.5% ਵਧੂਗਾ ਰੇਟ ਹਨਾ ਪਰ ਬੈਂਕ ਆਫ ਕੈਨੇਡਾ ਨੇ 0.25 ਰੇਟ ਇਹਦੇ ਵਿੱਚ ਕਈ ਫੈਕਟਰ ਕਾਊਂਟ ਕਰਦੇ ਨੇ ਇੱਕ ਤਾਂ ਪਹਿਲਾ ਹੈਗਾ ਇਨਫਲੇਸ਼ਨ ਸਭ ਤੋਂ ਜ਼ਿਆਦਾ ਇਸ ਜਿਹੜੀ ਡਿਸੀਜਨ ਹੋਇਆ ਅੱਜ ਰੇਟ ਵਧਣ ਦਾ ਉਹਦਾ ਸਭ ਤੋਂ ਮੇਨ ਫੈਕਟਰ ਹੈ ਜਿਹੜਾ ਉਹ ਇਨਫਲੇਸ਼ਨ ਹੈ 올 ਟਾਈਮ ਹਾਈ 1991 1991 ਤੋਂ ਬਾਅਦ ਪਹਿਲੀ ਵਾਰੀ ਹੋਇਆ ਕਿ 5.1% ਇਨਫਲੇਸ਼ਨ ਵਧਦੀ ਹੈ ਮਹਿੰਗਾਈ ਜਿਹਨੂੰ ਆਪਾਂ ਸਿੰਪਲ ਪੰਜਾਬੀ ਦੇ ਵਿੱਚ ਕਹਿੰਦੇ ਹਨਾ ਤੇ ਉਹਦੇ ਕਰਕੇ ਇਹ ਵਧਾਏ ਨੇ ਤੇ ਇਹ ਕਦੋਂ ਵਧਾਏ ਨੇ ਇਹ ਹੁਣ ਜਦੋਂ ਇਕਨੋਮੀ ਦੇ ਫੈਕਟਰ ਜਿਵੇਂ ਹੁਣ ਆਪਣੀ ਜਿਹੜੀ ਇਕਨੋਮੀ ਹੈ ਜਿਹੜੀ ਲਾਸਟ ਕੁਆਟਰ ਸੀਗਾ 2021 ਆ ਉਹਦੇ ਵਿੱਚ 6.7% ਦਾ ਗਰੋਥ ਹੋਈ ਸੀ which is beyond expectations ਐਨਾ ਸੋਚੇ ਆਪਣੀ ਸੀ ਬੈਂਕ ਆਫ ਕੈਨੇਡਾ ਨੇ ਹੈਨਾ ਸੋ ਉਹੀ ਚੀਜ਼ ਆ ਕਿ ਕਿਉਂ ਕਰਦੀ ਆ ਬੈਂਕ ਆਫ ਕੈਨੇਡਾ ਕਿਉਂ ਰੇਟਸ ਨੂੰ ਉਹ ਕਰਦੇ ਆ ਇਹ ਮਨੀ ਦੀ ਸਪਲਾਈ ਨੂੰ ਜਿਵੇਂ ਆਪਾਂ ਪਹਿਲਾਂ ਵੀ ਇੰਟਰਵਿਊਜ਼ ਦੇ ਵਿੱਚ ਕਿਹਾ ਕਿ ਕੰਟਰੋਲ ਕਰਦੇ ਆ ਠੀਕ ਹੈ ਨਹੀਂ ਹੁਣ ਆਪਾਂ ਉਹੀ ਜਿਹੜੀ ਲੱਖ ਡਾਲਰ ਦੀ ਲਾਈਨ ਆਫ ਕ੍ਰੈਡਿਟ ਦੀ ਲਈਏ ਪਹਿਲਾਂ 25 ਡਾਲਰ ਘਟਦੇਣੇ ਪੈਂਦੇ ਸੀ ਉਹ 25 ਡਾਲਰ ਘਟਦੇਣੇ ਪੈਂਦੇ ਸੀ ਤੇ 25 ਡਾਲਰ ਜਾਂ ਤਾਂ ਬੰਦਾ ਸੇਵ ਕਰਦਾ ਸੀ ਜਾਂ ਮਾਰਕੀਟ 'ਚ ਸਪੈਂਡ ਕਰਦਾ ਸੀ ਹੁਣ ਉਹਦੀ ਜੇਬ 'ਚੋਂ 25 ਡਾਲਰ ਹੋਰ ਦੇਣੇ ਪੈਣੇ ਆ ਵਿਆਜ ਸੋ ਉਹਦੀ ਪਰਚੇਜ਼ਿੰਗ ਪਾਵਰ ਤੇ ਤਾਂ ਥੋੜੀ ਜਿਹੀ ਕੰਟਰੋਲ ਹੋ ਗਿਆ ਨਾ ਸੋ ਇਹ ਮਨੀ ਦੀ ਸਪਲਾਈ ਨੂੰ ਕੰਟਰੋਲ ਕਰਨ ਦੇ ਲਈ ਘਟਾਉਂਦੇ ਜਾਂ ਵਧਾਉਂਦੇ ਰਹਿੰਦੇ ਨੇ ਰੇਟ ਕਈ ਲੋਕ ਇਹਦੇ ਬਾਰੇ ਇਹ ਵੀ ਗੱਲ ਕਰ ਰਹੇ ਆ ਕਿ ਜਦੋਂ ਇੰਟਰਸਟ ਰੇਟ ਵੱਧਦਾ ਮਹਿੰਗਾਈ ਘਟ ਜਾਂਦੀ ਆ ਹਾਂਜੀ ਚੀਜ਼ਾਂ ਸਸਤੀਆਂ ਹੋ ਸਕਦੀਆਂ ਇਹਦਾ ਕੋਈ ਸਿੱਧਾ ਅਸਰ ਵੀ ਪੈਂਦਾ ਹਾਂਜੀ ਪੈਂਦਾ ਉਹ ਚੀਜ਼ ਤੇ ਪੰਦਾ ਇਨਫਲੇਸ਼ਨ ਜਿਹੜੀ ਆਪਾਂ ਗੱਲ ਕੀਤੀ ਇਨਫਲੇਸ਼ਨ ਨੂੰ ਕੰਟਰੋਲ ਕਰਨੇ ਹੁਣ ਤੇ ਇਨਫਲੇਸ਼ਨ ਦੇ ਕਈ ਹੋਰ ਰੀਜਨ ਵੀ ਨੇ ਜਿਹੜੇ ਹੁਣ 5.1 ਹੋਈ ਹੈ ਨਾ ਹੁਣ ਜਿਵੇਂ ਯੂਕਰੇਨ ਦਾ ਅਰਸ਼ੀਆ ਦਾ ਜਿਹੜਾ ਉਹ ਹੈਗਾ ਉਹਦੇ ਕਰਕੇ ਆਇਲ ਸੈਕਟਰ ਦੇਖੋ ਹੁਣ ਆਪਣੀ ਗੈਸ ਕਿੱਥੇ ਤੱਕ ਪਹੁੰਚ ਗਈ 190 ਤੱਕ ਪਹੁੰਚ ਗਈ ਹੈ ਨਾ ਸੋ ਉਹ ਵੀ ਇੱਕ ਮੇਜਰ ਫੈਕਟਰ ਸੀ ਪਰ ਉਹ ਤੇ ਮਤਲਬ ਕਿ ਇਹ ਇਹ ਕਹਿ ਸਕਦੇ ਆ ਕਿ ਪਹਿਲਾਂ ਉਹ ਟਰੱਕਰ ਦੀ ਸਟ੍ਰਾਈਕ ਹੋਣ ਕਰਕੇ ਆਪਣੀਆਂ ਜਿਹੜੀਆਂ ਰੋਜ਼ਮਰਾਂ ਦੀ ਲਾਈਫ ਦੀ ਜਿਹੜੀਆਂ ਵੈਜੀਟੇਬਲਸ ਲਾ ਲੋ ਜਾਂ ਗ੍ਰੋਸਰੀਸ ਲਾ ਲੋ ਉਹਨਾਂ ਦੀ ਪ੍ਰਾਈਸਸ ਹਾਈ ਹੋ ਗਈਆਂ ਉਸ ਕਾਫੀ ਫੈਕਟਰਸ ਹੁੰਦੇ ਨੇ ਉਹਨੂੰ ਕੰਟਰੋਲ ਕਰਨ ਦੇ ਲਈ ਤੇ ਜਦੋਂ ਬਾਕੀ ਚੀਜ਼ਾਂ ਸਸਤੀਆਂ ਹੋਣ ਦੀ ਗੱਲ ਹੁੰਦੀ ਘਰ ਸਸਤੇ ਹੋਣਗੇ ਇਹਦੇ ਨਾਲ ਕੁਝ ਦੇਖੋ ਮਾਰਗੇਜ ਕੁਆਲੀਫਿਕੇਸ਼ਨ ਸੇਮ ਹੈ ਜੋ ਸਟ੍ਰੈਸ ਰੇਸ਼ੀ 5.25 ਉਹ ਉਸੇ ਬੇਸ ਤੇ ਜਿਹੜੀਆਂ ਬੈਂਕਸ ਕਰਦੀਆਂ ਨੇ ਹਨਾ ਹੁਣ ਹੁਣ ਡਿਪੈਂਡ ਕਰਦਾ ਕਿ ਕਿਉਂਕਿ ਜਦੋਂ ਪ੍ਰਾਈਸਸ ਵਧ ਜਾਂਦੇ ਨੇ ਤਾਂ ਮਾਰਗੇਜ ਦੇ ਰੇਟਸ ਵਧ ਜਾਂਦੇ ਨੇ ਜਦੋਂ ਬੈਂਕ ਆਫ ਕੈਨੇਡਾ ਨੇ ਰੇਟ ਵਧਾ ਦਿੱਤਾ ਜਿਹਨੀਆਂ ਜਿਹਨੀਆਂ ਵੇਰੀਏਬਲ ਮਾਰਗੇਜਸ ਨੇ ਉਹਨਾਂ ਤੇ ਫਰਕ ਪੈ ਗਿਆ ਜਿੱਥੇ ਪਹਿਲਾਂ ਵਿਆਜ ਦੇ ਘਟੇ ਜਾਂਦਾ ਸੀ ਇਨਸਟਾਲਮੈਂਟ ਦੇ ਉੱਥੇ ਇੰਟਰਸਟ ਤੁਹਾਡਾ ਜ਼ਿਆਦਾ ਜਾਣ ਲੱਗ ਜੇਗਾ ਠੀਕ ਹੈ ਉਹਦੇ ਨਾਲ ਫਰਕ ਜ਼ਰੂਰ ਪਾਏਗਾ ਪਰ ਇਹ ਡਿਪੈਂਡ ਕਰਦਾ ਮਾਰਕੀਟ ਕਿੰਨੀ ਕਿ ਡਿਮਾਂਡ ਹੈ ਤੇ ਕਿੰਨੀ ਕਿ ਸਪਲਾਈ ਆ ਠੀਕ ਹੈ ਜੀ ਜੇ ਡਿਮਾਂਡ ਜ਼ਿਆਦਾ ਹੈਗੀ ਸਪਲਾਈ ਘੱਟ ਹੈਗੀ ਆ ਤਾਂ ਆਬਵੀਅਸਲੀ ਹਾਂ ਇਹਨਾਂ ਜ਼ਰੂਰ ਹੈ ਵੀ ਆਵਲ ਸੇਕ ਕੁਝ ਨਾ ਕੁਝ ਜ਼ਰੂਰ ਫਰਕ ਪੈ ਗਈ ਪਾਏਗਾ ਤੇ ਇਹ ਜੇ ਜਿੱਦਾਂ ਕਿ ਹੁਣ ਗੱਲਾਂ ਕੀਤੀਆਂ ਜਾ ਰਹੀਆਂ ਲਗਾਤਾਰੀ ਵਿਆਜ ਵਧਦੇ ਰਹੇ ਆ ਲੰਬੇ ਸਮੇਂ 'ਚ ਕੀ ਅਸਰ ਪਊਗਾ ਘਰਾਂ ਦੀ ਮਾਰਕੀਟ ਤੇ ਦੇਖੋ ਜੇ ਹੁਣ ਜਿਵੇਂ ਪਹਿਲਾਂ ਬੈਂਕ ਆਫ ਕੈਨੇਡਾ ਨੇ ਐਕਸਪੈਕਟੇਸ਼ਨਸ ਜਿਹੜੀਆਂ ਇਸ ਸਾਲ ਦੀਆਂ ਦਿੱਤੀਆਂ ਸੀ ਕਿ ਅਸੀਂ 1.5 ਤੱਕ ਵਧਾਵਾਂਗੇ ਸੋ ਇਹ ਪਹਿਲਾ ਸਟੈਪ ਹੈ ਕਿ 0.25 ਇਨਕਰੀਜ਼ ਕੀਤਾ ਹੁਣ ਇਹ ਡਿਪੈਂਡ ਕਰਦਾ ਉਹਨਾਂ ਨੇ ਇਕਨੋਮੀ ਨੂੰ ਵਾਚ ਕਰਨਾ ਕਿ ਦੀ ਰਿਐਕਸ਼ਨ ਕੀ ਹੋਈ ਆ ਇਸ ਚੀਜ਼ ਵਧਣ ਦੇ ਨਾਲ ਠੀਕ ਹੈ ਕਿੰਨੀ ਕੁ ਮਾਰਕੀਟ ਦੇ ਵਿੱਚ ਤੇਜ਼ੀ ਹਜੇ ਬਰਕਰਾਰ ਹੈ ਗਿਆ 인ਫਲੇਸ਼ਨ ਤੇ ਕੰਟਰੋਲ ਹੋਇਆ ਜਾਂ ਨਹੀਂ ਜੇ ਨਹੀਂ ਹੋਊਗਾ ਤਾਂ ਦੈਨ ਫਿਰ ਉਹ ਥੋੜਾ ਹੋਰ ਵਧਾਉਣਗੇ ਠੀਕ ਹੈ ਜੀ ਤੇ ਇਹ ਡਿਪੈਂਡ ਕਰਦਾ ਉਹਨਾਂ ਦੀ ਪ੍ਰੋਡਕਸ਼ਨ ਇਹ ਸੀ ਕਿ 1.5 ਪਰਸੈਂਟ ਰੇਟ ਹੈ ਜਿਹੜਾ ਅਪ ਕਰਨਾ ਅ ਇਨ 2022 ਜੀ 2022 ਦੇ ਵਿੱਚ 1.5 ਪਰਸੈਂਟ ਵਧ ਜਾਂਦਾ ਇਹਦੇ ਨਾਲ ਫਿਰ ਮੌਰਗੇਜ ਲਈ ਕੁਆਲੀਫਾਈ ਕਰਨ ਦੇ ਵਿੱਚ ਕੁਝ ਤਬਦੀਲੀ ਆਉਂਦੀ ਵੀ ਬੰਦੇ ਨੂੰ ਮੌਰਗੇਜ ਔਖੀ ਮਿਲੂਗੀ ਜਾਂ ਸੌਖੀ ਮਿਲੂਗੀ ਉਹਦੇ ਤੇ ਕੋ ਅਸਰ ਹੁੰਦਾ ਜਾਂ ਨਹੀਂ ਦੇਖੋ ਉਹ ਉਹ ਆਸਫੀਨੇਟ ਡਿਸਾਈਡ ਕਰਨਾ ਕਿ ਤੁਸੀਂ ਸਟ੍ਰੈਸ ਟੈਸਟ ਜੀ ਤੇ ਕੁਆਲੀਫਾਈ ਕਰਨਾ ਕਿ ਉਹਨੂੰ ਵੀ ਇਨਕਰੀਜ਼ ਕਰਦੇ ਹੋ ਉਹ ਹਜੇ ਫਿਲਹਾਲ ਐਜ਼ ਇਟ ਇਜ਼ ਹੈ ਹਾਂ ਪਰ ਐਕਚੁਅਲੀ ਜਦੋਂ ਪੇਮੈਂਟ ਕਰਨੀ ਆ ਉਹ ਮੌਰਗੇਜਸ ਤੇ ਅਸਰ ਪੈਣਾ ਜਿੰਨੀਆਂ ਵੀ ਵੇਰੀਏਬਲ ਚਾਹੀਏ ਓਪਨ ਨੇ ਚਾਹੀਏ ਵੇਰੀਏਬਲ ক্লোਜ਼ਡ ਮੌਰਗੇਜਸ ਨੇ ਉਹਨਾਂ ਤੇ ਤੁਹਾਡੇ ਪੌਕਟ ਦੇ ਵਿੱਚੋਂ ਪੈਸਾ ਜਿਆਦਾ ਜਾਣ ਲੱਗ ਜੂਗਾ ਹੁਣ ਸਪੋਜ਼ ਤੇ ਫਿਰ ਜਦੋਂ ਉਹਨੂੰ ਕੁਆਲੀਫਾਈ ਕਰਨਾ ਜੇ ਤੁਸੀਂ ਐਕਸਟਰਾ ਪ੍ਰਾਪਰਟੀ ਲੈਣੀ ਆ ਕੋਈ ਹੋਰ ਪ੍ਰਾਪਰਟੀ ਲੈਣੀ ਆ ਤਾਂ ਉਹਦੀ ਪੇਮੈਂਟ ਨੇ ਅਸਰ ਪੈ ਜਾਣਾ ਉਹਦੇ ਤੇ ਰੇਟ ਵਧਣ ਦੇ ਕਰਕੇ ਫਿਰ ਉਹ ਸਾਦਾ ਤੁਹਾਨੂੰ ਇਨਡਾਇਰੈਕਟਲੀ ਉਹਦੀ ਕੁਆਲਿਫੀਕੇਸ਼ਨ ਤੇ ਅਸਰ ਪਵੇ ਉਹਦਾ ਲੋਕਾਂ ਨੂੰ ਇੱਕ ਹੋਰ ਕਨਫਿਊਜ਼ਨ ਆ ਕਿ ਜਿਹੜੀ ਇੱਕ ਓਪਨ ਵੇਰੀਏਬਲ ਜਾਂ ਫਿਕਸਡ ਮਾਰਗੇਜ ਆ ਕਿ ਇਹਦੇ ਵਿੱਚ ਕੁਝ ਲੋਕਾਂ ਨੂੰ ਫਰਕ ਪਊਗਾ ਥੋੜਾ ਜਿਹਾ ਸਾਨੂੰ ਇਹ ਦੱਸਿਓ ਕਿ ਇਹ ਜਿਹੜੀਆਂ ਵਕ ਵਕ ਮਾਰਗੇਜਸ ਬੰਦਾ ਲੈਂਦਾ ਇਹਦਾ ਫਰਕ ਕੀ ਹੁੰਦਾ ਆ ਤੇ ਹੁਣ ਲੋਕ ਇਹ ਵੀ ਗੱਲ ਕਰ ਰਹੇ ਆ ਕਿ ਜਿਹੜੀ ਓਪਨ ਜਿਹਨਾਂ ਦੀ ਹੈਗੀ ਆ ਜਿਹਨਾਂ ਦੀ ਵੇਰੀਏਬਲ ਆ ਉਹਨੂੰ ਫਿਕਸ ਕਰਵਾ ਲੈਣਾ ਚਾਹੀਦਾ ਇਹ ਤੋਂ ਪਹਿਲਾਂ ਕਿ 1.5% ਵੱਧ ਜਵੇ ਥੋੜਾ ਜਿਹਾ ਇਹ ਕਿਹੜੀਆਂ ਮਾਰਗੇਜਸ ਨੇ ਤੇ ਕੀ ਉਹਨਾਂ ਨੂੰ ਫਿਕਸਡ ਕਰਵਾ ਲੈਣੀ ਚਾਹੀਦੀ ਹੁੰਦੀ ਆ देखो ਜਿੰਨੀਆਂ ਵੀ ਵੇਰੀਏਬਲ ਮਾਰਗੇਜਸ ਨੇ ਉਹ ਵੇਰੀਏਬਲ ਵੇਰੀਏਬਲ ਸ਼ਬਦ ਤੋਂ ਹੀ ਪਤਾ ਲੱਗਦਾ ਕਿ ਇਹ ਪ੍ਰਾਈਮ ਦੇ ਨਾਲ ਘਟਦੇ ਵਾਧਦੇ ਰਹਿਣਗੇ ਜਿਵੇਂ ਬੈਂਕ ਆਫ ਕੈਨੇਡਾ ਨੇ ਪ੍ਰਾਈਮ ਅਪ ਕੀਤਾ ਅਕੋਰਡਿੰਗਲੀ ਬੈਂਕ ਰੇਟ ਅਪ ਕੀਤਾ ਤੋਂ ਅਕੋਰਡਿੰਗਲੀ ਬੈਂਕ ਆਪਣਾ ਪ੍ਰਾਈਮ ਰੇਟ ਵਧਾ ਦਿੰਦੇ ਨੇ ਸੋ ਕਿਉਂਕਿ ਉਹ ਪ੍ਰਾਈਮ ਦੇ ਨਾਲ ਲਿੰਕ ਨੇ ਜਾਓ ਮਾਈਨਸ ਪ੍ਰੋਡਕਟ ਹੁੰਦਾ ਜਾਂ ਪਲੱਸ ਪ੍ਰੋਡਕਟ ਹੁੰਦਾ ਜੇ ਜਦੋਂ ਪ੍ਰਾਈਮ ਵੱਧ ਗਿਆ ਤੋਂ ਆਟੋਮੈਟਿਕਲੀ ਵੱਧ ਜਾਣਾ ਜੇ ਪ੍ਰਾਈਮ ਘਟ ਗਿਆ ਤਾਂ ਆਟੋਮੈਟਿਕਲੀ ਉਹਨਾਂ ਦਾ ਰੇਟ ਘਟ ਜਾਣਾ ਜਿਹੜੇ ਫਿਕਸ ਮਾਰਗੇਜਸ ਹੁੰਦੇ ਨੇ ਉਹ ਇੱਕ ਟਰਮ ਦੇ ਲਈ ਹੁੰਦੀਆਂ ਨੇ ਜਿਵੇਂ ਹੁਣ ਸਪੋਜ਼ 3 ਸਾਲ ਦੀ ਆ 5 ਸਾਲ ਦੀ ਮਾਰਗੇਜ ਤੁਸੀਂ ਫਿਕਸ ਲੈ ਲਈ ਅੱਜ ਤੁਸੀਂ ਸਪੋਜ਼ 2.5 9 2.6 9 2.7 9 ਤੇ ਲੈ ਲਈ ਮਾਰਗੇਜ ਤਾਂ ਉਹ ਕੱਲ ਨੂੰ ਪ੍ਰਾਈਮ ਵਧੇ ਜਾਂ ਘਟੇ ਤੁਸੀਂ ਉਹੀ ਰੇਟ ਪੇ ਕਰਨਾ ਜਿਹੜੇ ਫਿਕਸ ਮਾਰਗੇਜਸ ਹੁੰਦੀਆਂ ਨੇ ਹਾਂ ਜਦੋਂ ਤੁਸੀਂ ਵੇਰੀਏਬਲ ਤੋਂ ਉਹਨੂੰ ਕਨਵਰਟ ਕਰਨਾ ਫਿਕਸ ਦੇ ਵਿੱਚ ਪਹਿਲਾਂ ਤਾਂ ਕੰਮ ਤਾਂ ਇਹ ਹੈਗਾ ਕਿ ਜੇ ਉਹ ਵੇਰੀਏਬਲ ਓਪਨ ਹੈ ਫਿਰ ਉੱਤੇ ਕੋਈ ਚਾਰजेस ਨਹੀਂ ਹੁੰਦੇ ਜੇ ਉਹ ਵੇਰੀਏਬਲ ক্লোਜ਼ਡ ਹੈ देन ਬੈਂਕਸ ਦੀ ਪਾਲਿਸੀ ਹੈਗੀ ਆ ਡਿਫਰੈਂਟ ਡਿਫਰੈਂਟ ਬੈਂਕਸ ਦੀ ਡਿਫਰੈਂਟ ਡਿਫਰੈਂਟ ਕਰੀਟੇਰੀਆ ਹੈਗਾ ਤਾਂ ਤੁਹਾਨੂੰ ਹੋ ਸਕਦਾ 3 ਮੰਥ ਇੰਟਰਸਟ ਪੇ ਕਰਕੇ ਉਹਨੂੰ ਫਿਕਸ ਦੇ ਵਿੱਚ ਜਾਣਾ ਪਵੇ ਇਹ ਮਤਲਬ ਇੰਨੀ ਸਿੱਧੀ ਗੱਲ ਨਹੀਂ ਹੈ ਵੀ ਜਿਹਦੀ ਵੀ ਵੇਰੀਏਬਲ ਹੈਗੀ ਆ ਉਹ ਫਿਕਸ ਕਰਵਾ ਲਓ ਕਿਉਂਕਿ ਵੱਧ ਜਾਣਿਆ ਰੇਟ ਯੈਸ ਕਰ ਸਕਦੇ ਹੋ ਇਹ ਤੁਹਾਡੇ ਤੇ ਡਿਪੈਂਡ ਕਰਦਾ ਕਰ ਸਕਦੇ ਹੋ ਤੁਸੀਂ ਆਪਦੇ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਨਾਲ ਗੱਲ ਕਰਕੇ ਪੂਰਾ ਆਪਦਾ ਅਨਲਿਸਿਸ ਕਰੋ financial ਕੀ ਹੈਗੀ ਆ ਤੁਹਾਡੀ ਸਿਚੁਏਸ਼ਨ ਰਾਈਟ ਨਾ ਸਾਰਾ ਕੁਝ ਇਫੈਕਟ ਕਰਕੇ ਤੁਸੀਂ ਕਰ ਸਕਦੇ ਹੋ ਇਟਸ ਨਾਟ ਲਾਈਕ ਯੂ ਕਾਂਟ ਯੂ ਕੈਨ ਬਟ ਕੁਝ ਸੰ ਚਾਰजेस ਵਗੈਰਾ ਜੋ ਵੀ ਹੈ ਮਿਰਵਾਨ ਸਿੰਘ ਸਰ ਬਹੁਤ ਬਹੁਤ ਸ਼ੁਕਰੀਆ ਜੀ ਥੈਂਕ ਯੂ ਜੀ ਦੋਸਤੋ ਇਹ ਬਹੁਤ ਹੀ ਮਹੱਤਵਪੂਰਨ ਵਿਸ਼ਾ ਆ ਇਸ ਵੇਲੇ ਇੰਟਰਸਟ ਰੇਟ ਦਾ ਵਧਣਾ ਤੇ ਖਾਸ ਕਰ ਲੋਕਾਂ ਦੀ ਮੌਰਗੇਜ ਦੇ ਉੱਤੇ ਅਸਰ ਪੈਣਾ ਆਪਣੇ ਜੀਵਨ ਦੇ ਵਿੱਚ ਕਈ ਵਾਰੀ ਵਿਅਕਤੀ ਸਭ ਤੋਂ ਵੱਡੀ ट्रांजैक्शन ਕਰਦੀ ਜੋ ਕਰਦਾ ਹੈ ਤੇ ਉਹਦੀ ਸਭ ਤੋਂ ਵੱਡੀ ਦੇਣ ਜਿਹੜੀ ਉਹਨੇ ਦੇਣਦਾਰੀ ਹੁੰਦੀ ਹੈ ਉਹਦੀ ਮੌਰਗੇਜ ਹੁੰਦੀ ਹੈ ਇਹਨੂੰ ਕੀ ਫਰਕ ਪੈ ਸਕਦਾ ਵੇਰੀਏਬਲ ਫਿਕਸਡ ਇਹਦਾ ਕੀ ਹਿਸਾਬ ਹੁੰਦਾ ਤੇ ਕੀ ਕਰਨਾ ਚਾਹੀਦਾ ਤੁਸੀਂ ਇਹਦੇ ਬਾਰੇ ਜ਼ਰੂਰ ਪਤਾ ਕਰੋ ਖਾਲਸਾ ਕਰੈਡਿਟ ਯੂਨੀਅਨ ਦੇ ਵਿੱਚ ਆ ਕੇ ਕਿਸੇ ਵੀ ਵੇਲੇ ਵੀ ਤੁਸੀਂ ਇਹ ਜਾਣਕਾਰੀ ਲੈ ਸਕਦੇ ਹੋ ਕੈਮਰਾਮੈਨ ਅਮਿਤ ਪਨੇਸਰ ਨਾਲ ਜਿਸ ਕਰਨ ਚੈਨਲ ਪੰਜਾਬੀ ਸੋਰੀ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ